நீங்கள் ரசித்துக் கொண்டிருப்பது கேடிவி நான் ஸ்டாப் கொண்டாட்டம். அஸ்ஸலாமு அலைக்கும் வரஹ்மத்துல்லாஹி வபரகாத்துஹு. மே முகமது அத்னான் ਤੇ ਸਾਡੇ ਦੇ YouTube ਚੈਨਲ ਕੋਲ ਆਪ ਟੀਵੀ ਤੇ ਮੈਂ ਉਮੀਦ ਕਰਨਾ ਅੱਲਾ ਦੇ ਕਰਮ ਨਾਲ ਫਜ਼ਲ ਨਾਲ ਸਭ ਠੀਕ ਹੋ ਖੈਰ ਖਰੀਅਤ ਹੋ ਸੀ. ਸਭ ਤੋਂ ਪਹਿਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਰਨੇ ਵੀਡੀਓ ਸ਼ੁਰੂ. ਅੱਜ ਦੇ ਵਲੌਗ ਬੜਾ ਅੱਛਾ ਵਲੌਗ ਹੈ. ਅਸਾਂ ਅੱਜ ਇੱਕ ਦੋਸਤ ਦੀ ਸ਼ਾਦੀ ਤੇ ਆਇਕਣੇ ਹੈ ਤੇ ਟੈਂਟ ਲੱਗਾ ਹੋਇਆ ਹੈ ਸਾਹਮਣੇ. ਇਹ ਟੈਂਟ ਤੇ ਨਜ਼ਰ ਆਉਂਦਾ ਪਿਆ ਇਸ ਤੋਂ ਅਗੋਂ ਬੜਾ ਜ਼ਬਰਦਸਤ ਅੱਛਾ ਟੈਂਟ ਹੈ ਤੇ ਇਹ ਦਿਖਦਾ ਪਿਆ. ਤਾਂ ਮੈਂ ਹੁਣ ਅੰਦਰ ਮੈਂ ਦਾਖਲ ਥੀ ਸਾਂ, ਉਹ ਦਿਖੇ ਸਾਂ ਅਗੋਂ ਇਹ ਦਿਖਦਾ ਪਿਆ ਬਿਹਤਰੀਨ ਮਾਹੌਲ. ਮੈਂ ਦਾਖਲ ਥੀ ਗਿਆ ਮੈਰਿਜ ਹਾਲ ਦੇ ਵਿੱਚ. ਮੈਂ ਮੈਰਿਜ ਹਾਲ ਵਿੱਚ ਹਾਂ ਤਾਂ ਮਾਸ਼ਾਅੱਲਾ ਆਵਾਮ ਵੀ ਇਕੱਠੀ ਹੈ ਮਾਸ਼ਾਅੱਲਾ, ਕਿਉਂਕਿ ਇਹਨਾਂ ਦੀ ਖਾਤਰ ਥੋੜ੍ਹਾ ਇੰਤਜ਼ਾਰ ਕਰਨੇ ਪੈਣ. ਸਭ ਦੁਲਾ ਬੈਠੇ ਸਾਰਾ ਜਿਹੜਾ ਜੋ ਦਿਹਾਤੀ ਮਾਹੌਲ ਹੈ, ਇਹ ਦਿਹਾਤੀ ਮਾਹੌਲ ਲਿਖਦੇ ਪਿਆ ਤੋ ਅਸਾਂ ਇਹਦੇ ਪਿਓ ਤੋਂ. ਬੜਾ ਅੱਛਾ ਮਾਹੌਲ ਹੈ ਟੈਂਟ ਦੇ ਵਿੱਚ. ਸਾਹਮਣੇ ਮੀਨਾ ਮੈਰਿਜ ਹਾਲ ਦਾ ਮੇਨ ਗੇਟ ਹੈ ਤੋ ਮੈਂ ਦਿਖਾਉਂਦਾ ਪਿਆ. ਇੱਥੋਂ ਮਿਸਾਲ ਨਾਲ ਬੰਦੇ ਅਕਰਾਸ ਥੀਂਦੇ ਨੇ. ਸਾਰਾ ਦਿਹਾਤ ਦਾ ਕਲਚਰ ਹੈ ਅਲਹਮਦੁਲਿਲਾ, ਕਿਉਂਕਿ ਸਾਰੇ ਬਿਰਾਦਰੀ ਦੇ ਦੋਸਤ ਬਾਹਰ ਮਹਿਮਾਨ ਇੱਥੇ ਜੰਮਣ ਨਾ ਮੈਰਿਜ ਹਾਲ ਦੇ ਵਿੱਚ. ਇੱਥੇ ਖਾਣਾ ਖਾਸ ਨਹੀਂ ਮੈਰਿਜ ਹਾਲ ਦੇ ਵਿੱਚ. ਮਾਸ਼ਾਅੱਲਾ ਸਹੀ ਦੋਸਤਾਂ ਦੀ ਇੰਤਜ਼ਾਰ ਪੂਰੀ ਥੀ ਵੀ ਹੈ. ਸਾਡੇ ਬਾਈ ਖਲੀਲ ਸਾਹਿਬ ਬੈਠੇ ਹਨ. ਕੀ ਹਾਲ ਖਲੀਲ ਬਾਈ, ਠੀਕ ਹੋ ਖੈਰੀਅਤ ਤੇ? ਠੀਕ ਅਲਹਮਦੁਲਿਲਾ, ਸਹੀ ਚੱਲਦਾ ਜ਼ਬਰਦਸਤ. ਮਾਸ਼ਾਅੱਲਾ ਦੋਸਤ ਆ ਚੁੱਕੇ ਨੇ. ਕਾਫੀ ਬੜਾ ਜ਼ਬਰਦਸਤ ਮਾਹੌਲ ਹੈ. ਅਸੀਂ ਟਾਈਮ ਟੈਂਟ ਭਰ ਚੁੱਕੇ. ਅਸੀਂ ਇੱਥਾਂ ਇਹ ਸਾਹਮਣੇ ਬੈਠੇ ਦੋਸਤ ਇੱਥਾਂ, ਕਿਉਂਕਿ ਨੇਂਦਰ ਇੱਥੇ ਪੈਸੇ ਲਿਖੇ ਨੇ. ਰਿਵਾਜ਼ ਜਿਹੜਾ ਸਾਡਾ ਹੈ ਮੈਂ ਕਰਦਾ ਹਾਂ
ਇਹ ਸਾਡੇ ਦਿਹਾਤ ਦਾ ਮਾਹੌਲ ਹੈ ਅਲਹਮਦੁਲਿਲਾ, ਕਿਉਂਕਿ ਸਾਡੇ ਦਿਹਾਤ ਦੇ ਵਿੱਚ ਜਿਹੜਾ ਮਾਹੌਲ ਹੈ ਨਾ, ਕਿਉਂਕਿ ਅਕਸਰ ਲੋਕ ਸ਼ਹਿਰਾਂ 'ਚ ਵੀ ਆਉਂਦੇ ਨੇ, ਉੱਥੇ ਮੈਰਿਜ ਹਾਲ ਹੈ, ਠੀਕ ਹੈ ਨਾ। ਅਸਾਂ ਦਿਹਾਤੀ ਲੋਕ ਹੈ ਜਿਹੜੇ, ਅਸਾਂ ਮਿਸਾਲੇ ਆਪਣੇ ਇਲਾਕੇ ਦੇ ਨਵਸਰਵਾਦ ਹੈ, ਜਿੱਦਾਂ ਹੁਣ ਮਿਸਾਲੇ ਇਹ ਸਾਡਾ ਇਲਾਕੇ ਗੁਲਾਬ ਨਮਸਤੇ ਗੁਲਾਬ ਚੈਨਲ ਦਾ ਪਤਾ ਹੈ ਨਾ, ਗੁਲਾਬ ਟੀ ਵੀ ਇੱਥੋਂ ਦਾ ਹੈ। ਮਿਸਾਲੇ ਜਲਾਲਪੁਰ ਸ਼ਹਿਰੀ 'ਚ ਟੈਂਟ ਵਾਲਾ, ਉਹਨਾਂ ਇੱਥੇ ਫਿਟ ਕੀਤੇ, ਅਲਹਮਦੁਲਿਲਾ ਦੇਖ ਸਕਦੇ ਹੋ ਨਜ਼ਰ ਆਵਾਜ਼ ਇੱਥੋਂ ਬੜਾ ਖੂਬਸੂਰਤ ਹੈ, ਇੰਤਜ਼ਾਮ ਵੀ ਬੜਾ ਅੱਛਾ ਹੈ। ਦੂਰ ਦੂਰ ਤੋਂ ਮਹਿਮਾਨ ਵੀ ਆਏ ਬੈਠੇ ਨੇ, ਟੇਬਲ ਤਾਂ ਖਾਲੀ ਸਾਡੀ ਡੈਸਕ ਦੇ ਇੰਤਜ਼ਾਰ ਹੈ। ਕਿਵੇਂ ਨਾ ਸਾਈ, ਇਹ ਸਾਡੇ ਦੋਸਤ ਹੈ ਸਾਹਮਣੇ, ਮਹਿਮਾਨ ਕਾਫੀ ਜਮ੍ਹਾਂ ਥੀ ਗਏ ਨੀ, ਟਾਈਮ ਬਸ ਹੁਣ ਇੰਤਜ਼ਾਰ ਹੈ। ਮਾਸ਼ਾਅੱਲਾ ਦੂਲਾ ਖੁਸ਼ ਹੈ। ਅਸਲ ਤੱਕ ਮੈਂ ਟੈਂਟ ਰੈਡੀ ਖਾ ਰਿਹਾ, ਆਲਾ ਨਿਜ਼ਾਮ ਇੰਤਜ਼ਾਮ ਕਿਤੇ ਨੇ, ਜ਼ਬਰਦਸਤ ਇੰਤਜ਼ਾਮ ਕਿਤੇ ਨੇ। ਬਸ ਹੁਣ ਇੰਤਜ਼ਾਰ ਹੈ, ਮਾਸ਼ਾਅੱਲਾ ਦੂਲਾ ਖੁਸ਼ ਹੈ। ਅਸਲ ਤੱਕ ਮੈਂ ਟੈਂਟ ਰੈਡੀ ਖਾ ਰਿਹਾ, ਆਲਾ ਨਿਜ਼ਾਮ ਇੰਤਜ਼ਾਮ ਕਿਤੇ ਨੇ, ਜ਼ਬਰਦਸਤ ਇੰਤਜ਼ਾਮ ਕਿਤੇ ਨੇ।
ਅਸੀਂ ਲੱਗ ਚੁੱਕੇ ਮਾਸ਼ਾਅੱਲਾ ਖਣਕਾਂ ਦੇ ਪਿੰਡ ਖਾਣਾ ਆ ਚੁੱਕੇ ਇੰਤਜ਼ਾਮਾਤ ਮਾਸ਼ਾਅੱਲਾ ਮੈਂ ਹੁਣ ਮੇਰੇ ਸਾਹਿਬ ਜਲਾਲਪੁਰ ਆ ਗਿਆ ਮੈਂ ਹੁਣ ਦੁਕਾਨ ਮੈਂ ਵੇਖਦਾ ਪਿਆ ਅਤੇ ਫਰੂਕ ਹੈ
ਮੋਟਰਸਾਈਕਲ ਦੱਸਿਆ ਹੀ ਬੜੇ ਨੇ ਤਾਂ ਮੈਂ ਹੁਣ ਉਹਦੇ ਕੋਲ ਵੇਸਾਂ ਉਦੋਂ ਪੁੱਛੇ ਸਾਂ ਕਿਵੇਂ ਮੋਟਰਸਾਈਕਲ ਬੜੇ ਦੱਸ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੇ ਲਾਈਕ ਕਰੇ ਸ਼ੇਅਰ ਕਰੇ ਤਾਂ ਅੱਗਾ ਹੋਰ ਕਹਿੰਦੇ ਫਿਰ ਤੁਹਾਨੂੰ ਦੇਖੇ ਮੈਂ ਜਿੰਨੀ ਟਾਈਮ ਦੁਕਾਨ ਦੇ ਮਾਜੂ ਦਾ ਇਸ ਸਾਹਮਣੇ ਮੋਟਰਸਾਈਕਲ ਖੋਲੇ ਗਏ ਪਿਆ ਸਾਹਮਣੇ ਮੋਟਰਸਾਈਕਲ ਖੋਲੇ ਗਏ ਮੋਟਰਸਾਈਕਲ ਸਾਹਮਣੇ ਕਹਿੰਦੇ ਪਿਆ ਤਾਂ ਮੈਂ ਤਾਂ ਕੋਈ ਸ਼ਹਿਰ ਜਿਹੜਾ ਜ਼ਹਿਰ ਪੀਰ ਚੌਂਕ ਹੈ ਉਹਦਾ ਸ਼ਹਿਰ ਦਿਖਾ ਦੇ ਤੁਹਾਨੂੰ ਮੈਂ ਇਹ ਸਾਹਮਣੇ ਸਕਦੇ ਇਹ ਬਾਈਪਾਸ ਦਾ ਰੋਡ ਕਹਿੰਦੇ ਸਾਹਮਣੇ ਤਾਂ ਜਿਹੜਾ ਇਹ ਰੋਡ ਹੈ ਸ਼ਹਿਰ ਦੇ ਵਿੱਚ ਕਹਿੰਦੇ ਮੈਂ ਇਸ ਸਾਈਡ ਤੋਂ ਆਇਆ ਸਹੀ ਹੈ ਨਾ ਸ਼ਹਿਰ ਦੇ ਵਿੱਚ ਰੋਡ ਕਹਿੰਦੇ ਤਾਂ ਮੈਂ ਅੱਗਾ ਵੀ ਉਹ ਮਾਹੌਲ ਤੁਹਾਨੂੰ ਦਿਖਾ ਦਿੱਤਾ ਤਾਂ ਜਿਤਨਾ ਮੈਂ ਦਿਖੇ ਉਹ ਅਗਰ ਮੈਂ ਵੀ ਤਾਂ ਜਿਤਨਾ ਅਸਾਂ ਕੁਝ ਕਰ ਰਹੇ ਉਹ ਸਾਫ ਸਾਰਾ ਕੁਝ ਤੁਹਾਨੂੰ ਦਿਖੇ ਸੋ ਮੈਂ ਤੁਹਾਨੂੰ ਸਭ ਨਾਲ ਰਹਾਂ ਇਨਸ਼ਾ ਅੱਲਾ ਅਸੀਂ ਮੋਟਰਸਾਈਕਲ ਬਣਾ ਪਏ ਸਟਾਪ ਦੇ ਉੱਤੇ ਮੋਟਰਸਾਈਕਲ ਖੋਲ੍ਹੀ ਬੈਠੇ ਇਹ ਹਾਲ ਹੈ ਮੋਟਰਸਾਈਕਲ ਦਾ ਗੰਦਗੀ ਕਰੇ ਵੀ ਯਾਰ ਬਸ ਸਫਾਈ ਕਰਨੀ ਹੁਣ ਸਫਾਈ ਕਰਦੇ ਇਨਸ਼ਾ ਅੱਲਾ ਅੱਜ ਤੋਂ ਬਾਅਦ ਸਫਾਈ ਕਰਨੀ ਹੈ ਅਸੀਂ ਸ਼ਾਦੀ ਤੋਂ ਦਿਖਾਈਏ ਇਨਸ਼ਾ ਅੱਲਾ ਬੜੇ ਅੱਛੇ ਸ਼ਾਦੀ ਰਹਿ ਗਈ ਹੈ ਤਾਂ ਅਸਾਂ ਜਲਾਲਪੁਰ ਵੀ ਗਏ ਹਾਂ ਉੱਥੇ ਮੋਟਰਸਾਈਕਲ ਬਣਵਾਏ ਤਾਂ ਇਨਸ਼ਾ ਅੱਲਾ ਅਗਲੀ ਵੀਡੀਓ ਨਾਲ ਮਿਲਸੋ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੇ ਲਾਈਕ ਕਰੇ ਇਨਸ਼ਾ ਅੱਲਾ ਅੱਛੇ ਟੀ ਵੇਲੇ ਬਿਨਾਂ ਸੋ ਇਨਸ਼ਾ ਅੱਲਾ ਬਹੁਤ ਸੁਖਤੇ ਆਬਾਦ ਰੱਖੇ ਸੁਖਸ਼ਿਆਤ ਦੇਵੇ ਜੇ ਪੇੜ ਉੱਥੇ ਖਾ ਰਹੇ ਇਨਸ਼ਾ ਅੱਲਾ ਅਗਲੀ ਵੀਡੀਓ ਨਾਲ ਮਿਲਸੋ ਅੱਲਾ ਹਾਫਿਜ਼।